तो भाई चपी ना तो ना चढ़ो ते सामने देखो तमाम हजरात सामने तशरीफ लाए, अमीरुल मुजाहिदीन यहाँ तशरीफ फरमा के आपको खिताब फरमाएंगे। तमाम आबाद सामने आ जाए, इधर टेंट से बाहर आ जाए, सब बाहर आ जाए, सबकी गर्मियों को कुछ नूर तैयार कमाना जा Na 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 na
سارے احباب ادھر سامنے آ جائے یہاں قبلہ امیر المجاہدین شیخ الحدیث ابن تفسیر علامہ خاتم حسین رضوی صاحب خطاب فرمائیں گے سامنے آ جائے ادھر سامنے سامنے آ جائے بالکل حضور پیر سیاد خاندان خواجہ امجد فیاض سیالوی صاحب دامت برکاتہم العالیہ ہمارے جلسے میں شریک ہوئے ہیں لجپال 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 لبیک یا رسول اللہ بلے والا ہے
ਪਚਾਸੀ ਉਹ ਵੀ ਤੁਸੀਂ ਮੋਸਟ ਕਿਹਨੂੰ ਲਾਣੀ
ਮਾਮਾ ਜੀ ਕਹਿੰਦਾ ਸਾਡੀ ਬਰਾਦਰੀ ਦਾ ਮਸਲਾ, ਫਿਰ ਤੂੰ ਕਲਮਾ ਹਜ਼ੂਰ ਦਾ ਕੀ ਪੜਿਆ ਮੈਨੂੰ ਹੀ ਦੱਸ। ਕੁੜੀਆਂ ਨਚਾ ਕੇ ਕਹਿੰਦਾ ਨਾ ਮੈਂ ਤਬਦੀਲੀ ਲਿਆਣੀ। ਹਾਤਮ ਤਾਈ ਦੀ ਧੀ ਜਿਹੜੀ ਨਾ ਨੰਗੇ ਸਿਰ ਹਜ਼ੂਰ ਦੇ ਸਾਹਮਣੇ ਆਈ, ਨੰਗੇ ਸਿਰ ਕੈਦ ਹੋ ਕੇ ਆਈ। ਜਦੋਂ ਰਸੂਲੁੱਲਾ ਨੇ ਵੇਖਿਆ ਨਾ ਕਿ ਮੁਸਲਮਾਨਾਂ ਦੀ ਭਾਵੇਂ ਧੀ ਨਹੀਂ ਹੈ, ਕਾਫਰਾਂ ਦੀ ਧੀ, ਲੇਕਿਨ ਸਿਰ ਤੇ ਕੱਪੜਾ ਕੋਈ ਨਹੀਂ। ਇਕਬਾਲ ਮੁਸੱਵਰ ਪਾਕਿਸਤਾਨ ਕਲੰਦਰ ਲਾਹੌਰੀ ਕਹਿੰਦਾ ਦੁਖਤਰ ਕਰਾ ਚੂ ਨਬੀ ਬੇ ਪਰਦਾ ਦੀ ਚਾਦਰ ਖੁਦ ਪੇਸ਼ੇ ਹੋਏ ਉਹ ਕਸ਼ੀਰ। ਇਕਬਾਲ ਵੇਖ ਕਹਿੰਦਾ ਜਦੋਂ ਆਤਮ ਤਾਈ ਦੀ ਧੀ ਨੂੰ ਹਜ਼ੂਰ ਲੰਗੇ ਸਿਰ ਵੇਖਿਆ ਤੇ ਕੈਦੀ ਬਣ ਕੇ ਆਈ ਤੇ ਰਸੂਲੁੱਲਾ ਨੇ ਯਾ ਯੂ ਹਲ ਮੁਸੱਵਰ ਵਾਲੀ ਚਾਦਰ ਕੰਧੇ ਤੋਂ ਉਤਾਰ ਕੇ ਉਹਦੇ ਸਿਰ ਉੱਤੇ ਦੇ ਦਿੱਤੀ। ਤਵੱਜੋ ਅਸਾਂ ਤੁਸੀਂ ਤੇ ਮੈਂ ਜਿਹਨਾਂ ਮਹਬੂਬਾਂ ਦਾ ਕਲਮਾ ਪੜਿਆ ਉਹ ਤੇ ਕਾਫਿਰ ਦੀ ਧੀ ਨੂੰ ਵੀ ਨੰਗੇ ਸਿਰ ਹਜ਼ੂਰ ਨਹੀਂ ਵੇਖ ਸਕੇ। ਆਪਣੀਆਂ ਮੁਸਲਮਾਨਾਂ ਦੀਆਂ ਧੀਆਂ ਨੰਗੇ ਸਿਰ ਕਰਕੇ ਤੇ ਨਚਾਤ ਕਹਿੰਦਾ ਮੈਂ ਨਵਾਂ ਪਾਕਿਸਤਾਨ ਬਣਾਉਣਾ ਹੈ। ਨਾ ਨਾ, ਸਾਨੂੰ ਇਹ ਪਾਕਿਸਤਾਨ ਨਹੀਂ ਚਾਹੀਦਾ, ਸਾਨੂੰ ਉਹ ਹੀ ਪਾਕਿਸਤਾਨ ਚਾਹੀਦਾ ਜਿਹਦਾ ਨਾਰਾ ਲੱਗਿਆ ਸੀ ਪਾਕਿਸਤਾਨ ਦਾ ਮਤਲਬ ਕਿਆ। ਤਵੱਜੋ ਈਸਾ ਖੇਲ ਵਾਲਿਓ, ਤਵੱਜੋ ਭਾਈ ਈਸਾ ਖੇਲ ਵਾਲਿਓ, ਜ਼ੋਰ ਲਾਓ। ਮੈਨੂੰ ਪਤਾ ਹੈ ਬੜੀ ਬੜੀ ਗਰਮੀ ਆਪਦੀ ਖਿਦਮਤ ਵਾਸਤੇ, ਆਪਦੇ ਦੀਨ ਵਾਸਤੇ, ਆਪਦੀ ਇੱਜ਼ਤ ਵਾਸਤੇ, ਆਪਦੀ ਆਬਰੂ ਵਾਸਤੇ, ਖਿਦਮਤ ਨਬੂਵਤ ਵਾਸਤੇ ਦੋ ਵਾਰੀ ਬੰਦਾ ਕਵੇ ਲੱਭਾ ਹੈ। ਅਰਬੀ ਜ਼ਬਾਨ ਵਿੱਚ ਇਹਦਾ ਮਾਨਾ ਹੈ ਕਿ ਕਿਆਮਤ ਤੱਕ ਮੈਂ ਹਾਜ਼ਰ ਹਾਂ। ਜਦੋਂ ਤੁਸੀਂ ਤਵੱਜੋ 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 ਜਦੋਂ ਤੁਸੀਂ ਕਹਿੰਦੇ ਹੋ ਨਾ ਤਿੰਨ ਵਾਰੀ, ਇਹਦਾ ਮਾਨਾ ਹੈ ਹਜ਼ੂਰ ਜੰਨਤ ਵਿੱਚ ਵੀ ਨੌਕਰ ਹਾਜ਼ਰ ਹੈ। ਮੈਂ ਕਰਾਚੀ ਗਿਆ, ਤਵੱਜੋ ਤਵੱਜੋ ਭਾਈ, ਮੈਂ ਉਹ ਬਾਤ ਸੁਣੋ, ਬਾਤ ਸੁਣੋ, ਮੈਂ ਨਾਰਾ ਖੁਦ ਲਵਾਸਾ, ਤੁਹਾਡੇ ਕੋਲ ਜੇ ਨਾਰਾ ਲੱਗਿਆ ਕੋਈ ਨਹੀਂ। ਮੈਂ ਕਰਾਚੀ ਗਿਆ, ਏਅਰਪੋਰਟ ਤੋਂ ਲੈ ਕੇ ਮਜ਼ਾਰੇ ਕਾਇਕ ਤੱਕ ਦੁਨੀਆ ਸੀ, ਲੱਖਾਂ ਦੇ ਹਿਸਾਬ ਨਾਲ ਦੁਨੀਆ। ਉਸੇ ਦਿਨ ਇਹ ਬਿਲਾਵਲ ਗਿਆ ਲਿਆਰੀ, ਇਹਨੂੰ ਪੱਥਰ ਪਾਇਆ ਗੋ ਪੱਥਰ। ਮੈਂ ਕਰਾਚੀ ਵਾਲੇ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਲੈ ਚੱਲੋ ਉਸ ਇਲਾਕੇ। ਕਹਿਣ ਲੱਗੇ ਨਹੀਂ ਹਜ਼ਰਤ ਸਾਹਿਬ, ਉਹ ਬੜਾ ਗਾੜੇ ਉਹਨਾਂ ਦਾ। ਉਹ ਮੈਂ ਆਖਿਆ ਮੈਨੂੰ ਲੈ ਤੇ ਚੱਲੋ। ਜਦੋਂ ਅਸੀਂ ਗਏ ਤੇ ਮਣਾਂ ਦੇ ਹਿਸਾਬ ਨਾਲ ਲਿਆਰੀ ਵਾਲੇ ਲੋਕ ਫੁੱਲ ਲੈ ਕੇ ਜਨਾਬ ਖੜੇ ਹੋਏ ਸਨ। ਤਵੱਜੋ, ਮੈਂ ਉਹਨਾਂ ਕੋਲ ਪੁੱਛਿਆ, ਮੈਂ ਕਿਹਾ ਯਾਰ ਕੱਲ ਤੁਸੀਂ ਉਸ ਪੱਠੇ ਨੂੰ ਫੁੱਲ ਮਾਰੇ ਔਰ ਪੱਥਰ, ਅੱਜ ਤੁਸੀਂ ਫੁੱਲ ਲੈ ਕੇ ਕਿਉਂ ਖੜੇ ਹੋ? ਉਹਨਾਂ ਕਿਹਾ ਹਜ਼ਰਤ ਸਾਹਿਬ, ਜਿਹੜਾ ਬੁੱਤਾਂ ਤੇ ਦੁੱਧ ਚਾੜੇ ਉਹਨੂੰ ਪੱਥਰ ਹੀ ਮਾਰਨੇ ਸਨ, ਹੋਰ ਕੀ ਕਰਨਾ ਸੀ ਅਸੀਂ? ਤੁਸੀਂ ਹਜ਼ੂਰ ਦੀ ਖਤਮੇ ਨਬੂਵਤ ਦਾ ਪਹਿਰਾ ਦਿੱਤਾ ਸੀ, ਤੁਹਾਡੇ ਤੇ ਫੁੱਲ ਨਹੀਂ ਸੁੱਟ ਰਹੇ, ਹੋਰ ਕੀ ਕਰਨਾ ਸੀ ਤੁਹਾਡੇ? ਇਸ ਵਾਸਤੇ ਇਹ ਤਾਂ ਸ਼ਾਹ ਜੀ ਵੀ ਤੁਹਾਡੇ, ਤੁਸੀਂ ਵੀ ਕਮ ਅਜ਼ ਕਮ ਪਰਚੀ ਹਜ਼ੂਰ ਦੇ ਦੀਨ ਨੂੰ ਦੇਣੀ। ਇਹ ਸਾਰੇ ਮੁਜਰਿਮ ਹਨ। ਰਾਜਾ ਜ਼ਫਰ ਉਲ ਹੱਕ ਦੀ ਰਿਪੋਰਟ ਵਿੱਚ ਉਹਨੇ ਲਿਖਿਆ, ਪਹਿਲੇ ਵੀ ਸਾਡੇ ਕੋਲ ਸੀ, ਲੇਕਿਨ ਉਹਨੇ ਕਿਹਾ ਸੀ ਤੁਸੀਂ ਸ਼ਾਇਦ ਨਹੀਂ ਕਰਨੀ, ਕੋਰਟ ਵਿੱਚ ਮੌਜੂਦ ਹੈ। ਰਾਜਾ ਜ਼ਫਰ ਉਲ ਹੱਕ ਦੀ ਅਸਲ ਰਿਪੋਰਟ 11 ਸਫ਼ੇ ਦੀ, ਕੁੱਲ ਰਿਪੋਰਟ ਉਹਨੇ ਸਾਰੇ ਦਲਾਇਲ ਮਿਲਾ ਕੇ 34 ਸਫ਼ੇ ਦੀ ਰਿਪੋਰਟ ਹੈ। ਉਹਦੇ 'ਚ ਉਹਨੇ ਲਿਖਿਆ, ਤਵੱਜੋ ਇਹ ਗੱਲ ਬੜੀ ਡਾਢੀ ਹੈ,
ਇਹਨਾਂ ਵਿੱਚੋਂ ਕੋਈ ਵੀ ਕੋਈ ਨਹੀਂ ਮੁਸਤਹਿਕ ਇਹ ਵਿੱਚ ਮੌਜੂਦ ਨਹੀਂ ਸੀ ਇਮਰਾਨ ਉਹਨੇ ਲਿਖਿਆ ਪੂਰੀ ਅਸੈਂਬਲੀ ਇਤਨੇ ਬੜੇ ਹਸਾਸ ਮਸਲੇ ਖਤਮਾ ਨਬੂਵਤ ਕੋ ਸਮਝਣੇ ਸੇ ਕਾਸਿਰ ਰਹੀ ਇਹਨਾਂ ਨੇ ਕੋਤਾਹੀ ਕੀ ਹੈ ਪੂਰੀ ਅਸੈਂਬਲੀ ਕੇ ਬਾਰੇ ਮੇਂ ਉਸਨੇ ਲਿਖਾ ਤੋ ਬਤਾਓ ਯੇ ਮੌਜੂਦ ਨਹੀਂ ਥਾ ਵਹਾਂ ਨਾ ਯੇ ਬੋਲਾ ਅਗਰ ਇਸਕੇ ਅੰਦਰ ਆਜ ਹਮਾਰੇ ਲੋਗੋ ਕੋ ਇਸਮੇ ਖਤਮ ਨਬੂਵਤ ਕੀ ਹਿਫਾਜ਼ਤ ਨਜ਼ਰ ਆਈ ਅਗਰ ਇਹ ਇਨਸਾਨ ਹੁੰਦਾ ਤੇ ਅਸਤੀਫਾ ਦੇ ਸਕਦਾ ਸੀ ਨਾ ਪੂਰੀ ਜਮਾਤ ਤਾਂ ਕਹਿੰਦਾ ਬਾਈ ਬਸ ਬਾਈ ਬਸ ਚਲੀਏ ਐਡੇ ਵੱਡੇ ਜ਼ਲੀਲਾਂ ਨੇ ਨਾ ਖਤਮ ਨਬੂਵਤ ਦੇ ਡਾਕਾ ਮਾਰਿਆ ਇਹ ਖੁਦ ਵੀ ਮੌਜੂਦ ਰਿਹਾ ਔਰ ਮੇਰੇ ਆਕਾ ਨੇ ਫਰਮਾਇਆ ਮਮ ਮਸ਼ਾ ਮਾ ਜ਼ਾਲਿਮਨ ਲਿਯੁਕੱਬਿਯਹੁ ਵਹੁਵਾ ਯਾਲਮੁ ਅੰਨਹੁ ਜ਼ਾਲਿਮਨ ਫਕਦ ਖਰਜ ਮਿਨਲ ਇਸਲਾਮ ਇਹ ਗੱਲ ਖੋਲ ਕੇ ਸੁਣਨਾ ਪਰਚੀ ਦੀ ਇਹ ਗੱਲ ਨਹੀਂ ਹਾਂ ਇਹ ਗੱਲ ਬੜੀ ਵੱਡੀ ਹਜ਼ੂਰ ਨੇ ਫਰਮਾਇਆ ਜਿਹੜਾ ਕਿਸੇ ਜ਼ਾਲਿਮ ਨਾਲ ਚੱਲਿਆ ਲਿਯੁਕੱਬਿਯਹੁ ਤਾਂ ਕਿ ਉਸਕੋ ਤਕਵੀਅਤ ਦੇ ਮਜ਼ਬੂਤ ਕਰੇ ਉਸਕੋ MNA ਬਣਾਏ ਉਸਕੋ MPA ਬਣਾਏ ਉਸਕੇ ਨਾਰੇ ਲਗਾਏ ਮੇਰੇ ਆਕਾ ਨੇ ਫਰਮਾਇਆ ਉਸਕੋ ਪਤਾ ਹੈ ਜਿਸਕੇ ਸਾਥ ਮੈਂ ਚੱਲ ਰਹਾ ਹੂੰ ਯੇ ਬੰਦਾ ਜ਼ਾਲਿਮ ਹੈ ਮੌਲੀ ਖਾਦਮ ਦਾ ਫਤਵਾ ਨਹੀਂ ਤੁਸੀਂ ਮੈਨੂੰ ਤੇ ਗਾਲਾਂ ਕੱਢ ਸਕਦੇ ਹੋ ਮੌਲੀ ਐਸੇ ਹੋਤੇ ਹੈ ਹਜ਼ੂਰ ਨੇ ਖੁਦ ਫਤਵਾ ਦਿੱਤਾ ਫਰਮਾਇਆ ਉਸ ਬੰਦੇ ਕੋ ਕਿਸੀ ਕੋ ਨਹੀਂ ਕਹਿਣੇ ਕੀ ਜ਼ਰੂਰਤ ਕਿ ਯੇ ਇਸਲਾਮ ਮੇ ਰਹਾ ਜਾਂ ਨਹੀਂ ਮੇਰੇ ਆਕਾ ਨੇ ਫਰਮਾਇਆ ਜਿਹੜਾ ਜ਼ਾਲਿਮ ਨਾਲ ਚੱਲਿਆ ਉਸ ਜ਼ਾਲਿਮ ਦੇ ਹੱਥ ਮਜ਼ਬੂਤ ਕਰੇ ਹਜ਼ੂਰ ਨੇ ਫਰਮਾਇਆ ਫਕਦ ਖਰਜ ਮਿਨਲ ਇਸਲਾਮ ਉਹ ਤਾਂ ਖੁਦ ਇਸਲਾਮ ਸੇ ਨਿਕਲ ਗਿਆ